ਤਾਂ ਕੁਲਵੀਰ ਸਿੰਘ ਜ਼ੀਰਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ। ਕੁਲਵੀਰ ਸਿੰਘ ਜ਼ੀਰਾ ਉਹ ਆਗੂ ਨੇ ਭਾਵੇਂ ਆਪਣੀ ਗੱਲ ਦੇ ਉੱਤੇ ਖੜਨ ਵਾਲੇ, ਭਾਵੇਂ ਉਹ ਆਪਣੀ ਪਾਰਟੀ ਦੇ ਖਿਲਾਫ਼ ਹੋਵੇ, ਭਾਵੇਂ ਕਿਤੇ ਵੀ ਹੋਵੇ, ਤਾਂ ਅੱਜ ਵੀ ਇੱਕ ਵੱਡਾ ਬਿਆਨ ਉਹਨਾਂ ਦਿੱਤਾ ਹੈ। ਤਾਂ ਜ਼ੀਰਾ ਸਾਹਿਬ ਤਿਆਰ ਹੋ ਡੋਪ ਟੈਸਟ ਕਰਾਉਣ ਦੇ ਲਈ, ਤੁਸੀਂ ਸਾਰੇ ਕੈਂਡੀਡੇਟਾਂ ਨੂੰ? ਬਿਲਕੁਲ ਬਿਲਕੁਲ ਮੈਂ ਤਿਆਰ ਹਾਂ। ਮੈਂ ਉਦੋਂ ਵੀ ਤਿਆਰ ਸੀ ਜਦੋਂ ਸੁਖਬੀਰ ਬਾਦਲ ਜੀ ਨੂੰ ਕਿਹਾ ਸੀ ਅਤੇ ਬਾਦਲ ਸਾਹਿਬ ਭੱਜ ਗਏ ਜੀ, ਅਤੇ ਮੈਂ ਉਦੋਂ ਵੀ ਤਿਆਰ ਸੀ, ਅੱਜ ਵੀ ਤਿਆਰ ਹਾਂ। ਔਰ ਮੈਂ ਇਹ ਗੱਲ ਕਹਿੰਦਾ ਕਿ ਜ਼ਿਆਦਾ ਲੰਮਾ ਨਾ ਪਾਈਏ, ਕੱਲ੍ਹ ਹੀ ਰੱਖ ਲਈਏ ਜੀ, ਕੱਲ੍ਹ ਦੀ ਡੇਟ ਰੱਖ ਦੇਣ, ਜਿੱਥੇ ਸੱਦਣਗੇ ਮੈਂ ਉੱਥੇ ਜਾਣ ਨੂੰ ਤਿਆਰ ਹਾਂ। ਪਰ ਇਹ ਆ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ, ਵੈਸੇ ਤਾਂ ਮੁੱਖ ਮੰਤਰੀ ਦੇ ਵੱਸ ਦੀ ਗੱਲ ਨਹੀਂ ਜੀ, ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਆਪ ਸ਼ਾਮ ਨੂੰ ਲੱਭ ਦੇਣਗੇ, ਅਤੇ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਜਿਹੜੀ ਮੈਂ ਅੱਜ ਲਿਖ ਰਿਹਾ ਵਾਂ ਜੀ, ਕਿਉਂਕਿ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਤਾਂ ਲਿਖ ਰਿਹਾ ਕਿ ਲਾਲਜੀਤ ਭੁੱਲਰ ਜੀ ਦਾ ਬਿਆਨ ਸੀਗਾ ਕਿ ਜ਼ੀਰਾ ਸਾਹਿਬ ਇੱਕ ਚਿੱਠੀ ਲਿਖ ਦੇਣ। ਮੈਂ ਚਿੱਠੀ ਲਿਖ ਰਿਹਾ ਕਿ ਉਸ ਚਿੱਠੀ ਦੇ ਵਿੱਚ ਇਹ ਆ ਕਿ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੇ ਨਾਮਜ਼ਦ ਕਾਗਜ਼ ਨਾਮਜ਼ਦ ਕੀਤੇ ਜਾ ਰਹੇ ਨੇ, ਇਹਨਾਂ ਸਾਰਿਆਂ ਦਾ ਜਿਹੜਾ ਡੋਪ ਟੈਸਟ ਹੋਣਾ ਚਾਹੀਦਾ, ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਚੋਣ ਨਿਸ਼ਾਨ ਜਿਹੜਾ ਅਲੋਟ ਹੋਣੇ ਚਾਹੀਦੇ ਆ। ਔਰ ਜਿੱਥੇ ਜਿੱਥੇ ਦੇਸ਼ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਆ, ਉੱਥੇ ਜਦੋਂ ਵੀ ਸਹੁੰ ਚੱਕ ਸਮਾਗਮ ਹੋਵੇ, ਉਹ ਸਹੁੰ ਚੱਕ ਸਮਾਗਮ ਦੇ ਵਿੱਚ ਜਿਹੜਾ ਹੈ ਕਿ ਉਦੋਂ ਡੋਪ ਟੈਸਟ ਦਾ ਸਰਟੀਫਿਕੇਟ ਜਿਹੜਾ ਨਾਲ ਲੱਗਣਾ ਚਾਹੀਦਾ, ਔਰ ਬਕਾਇਦਾ ਪਾਰਲੀਮੈਂਟ ਦੇ ਵਿੱਚ ਡੋਪ ਟੈਸਟ ਹੋਣਾ ਚਾਹੀਦਾ, ਕਿਉਂਕਿ ਉੱਥੇ ਹੋਵੇ, ਉੱਥੇ ਟੀਮਾਂ ਬੈਠੀਆਂ ਹੋਣ, ਔਰ ਜਿਹਦਾ ਡੋਪ ਟੈਸਟ ਹੁੰਦਾ ਉਹਨੂੰ ਮੈਂਬਰ ਪਾਰਲੀਮੈਂਟ ਜਿਹੜਾ ਹੈ ਕਿ ਉਹਨੂੰ ਮੰਨਿਆ ਜਾਵੇ ਜਿਹਦਾ ਸਰਟੀਫਿਕੇਟ ਉਹਦੇ ਕੋਲ ਹੋਵੇ, ਔਰ ਜਿਹੜਾ ਦੂਜਾ ਉਹਨੂੰ ਉਹਦੇ ਬਾਹਰ ਦਾ ਰਸਤਾ ਵਿਖਾਇਆ ਜਾਵੇ। ਜੇ ਪਹਿਲਾਂ ਹੋ ਜੇ ਇਲੈਕਸ਼ਨ ਕਮਿਸ਼ਨ ਪਹਿਲਾਂ ਕਰਦੇ, ਇਹ ਮੇਰੀ ਮੰਗ ਆ, ਤਾਂ ਦੇਸ਼ ਵੀ ਬਚ ਸਕਦਾ ਅਤੇ ਪੰਜਾਬ ਵੀ ਬਚ ਸਕਦਾ। ਸਾਹਿਬ ਕਿਉਂ ਲੋੜ ਮਹਿਸੂਸ ਹੋਈ ਤੁਹਾਨੂੰ ਇਸ ਜਗ੍ਹਾ 'ਤੇ, ਕਿਉਂਕਿ ਪੰਥਕ ਹਲਕਾ ਹੈ ਜੀ, ਤੁਹਾਨੂੰ ਪਤਾ 75% ਪੇਂਡੂ ਵੋਟ ਹੈ, ਗੁਰੂ ਨੂੰ ਮੰਨਣ ਵਾਲੇ ਲੋਕ ਨੇ, ਕਿਉਂ ਤੁਹਾਨੂੰ ਲੋੜ ਮਹਿਸੂਸ ਹੋਈ? ਗੱਲ ਇਹ ਹਲਕਾ ਪੰਥਕ ਆ, ਹਲਕੇ ਦੇ ਲੋਕ ਚੰਗੇ ਨੇ, ਪਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੇ ਦਿੱਲੀ ਵਾਲੀ ਸੈਂਟਰ ਗੌਰਮੈਂਟ ਆ, ਮੋਦੀ ਸਰਕਾਰ ਆ, ਅੱਜ ਸਭ ਤੋਂ ਵੱਧ ਭੰਡ ਰਹੇ ਨੇ ਇਸ ਮਾਝੇ ਦੀ ਧਰਤੀ ਨੂੰ। ਉਹ ਕਹਿ ਰਿਹਾ ਕਿ ਇੱਥੇ ਨਸ਼ੇ ਦਾ ਗੜ ਆ, ਔਰ ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਨਸ਼ੇ ਦਾ ਗੜ ਬਣਾਇਆ ਕਿਹਨੇ? ਉਹਨਾਂ ਨੂੰ ਪਤਾ ਸੀ ਕਿ ਯੋਧਿਆਂ ਦੀ ਧਰਤੀ ਆ, ਇਹਨਾਂ ਨੇ ਉਂਝ ਤਾਂ ਕਿਸੇ ਗੱਲ ਤੋਂ ਆਖੇ ਨਹੀਂ ਲੱਗਣਾ। ਇਹਨਾਂ ਨੇ ਕੀ ਕੀਤਾ ਕਿ ਜਿਹੜਾ BSF ਦਾ ਦਾਇਰਾ ਸੀ ਉਹ 50 ਕਿਲੋਮੀਟਰ ਦਾ ਕਰ ਦਿੱਤਾ। ਜੇ BSF ਚਾਹੇ ਤਾਂ ਮੱਖੀ ਨਹੀਂ ਲੰਘ ਸਕਦੀ ਬਾਰਡਰ ਤੋਂ। ਮੈਨੂੰ ਦੱਸੋ ਕਿ ਰੋਜ਼ ਧੜਾਧੜ ਡਰੋਨ ਲੰਘਦੇ ਨੇ, ਇਹ ਕਿਉਂ ਲੰਘਦੇ ਨੇ? ਜੇ ਮੈਂ ਨਾ ਕਿ ਇਹਨਾਂ ਮੁਲਾਜ਼ਮਾਂ 'ਤੇ ਡਿਪਾਰਟਮੈਂਟਲ ਇਨਕੁਆਇਰੀ ਖੋਲ੍ਹੇ, ਇਹਨਾਂ 'ਤੇ ਕਾਰਵਾਈ ਹੋਵੇ, ਅਤੇ ਫਿਰ ਆਪਣੇ ਆਪ ਹੀ ਜਿਹੜਾ ਹੈ ਕਿ ਉਹ ਨਸ਼ਾ ਵੀ ਬੰਦ ਹੋਵੇ। ਜੇ ਗੁਜਰਾਤ ਦੇ ਬਾਰਡਰ ਤੋਂ ਵਪਾਰ ਚੱਲ ਸਕਦਾ, ਅਤੇ ਫਿਰ ਸਾਡੇ ਬਾਰਡਰ ਤੋਂ ਚਿੱਟਾ ਹੀ ਕਿਉਂ ਇਕੱਲਾ ਆ ਸਕਦਾ? ਸਾਡੇ ਬਾਰਡਰ ਤੋਂ ਚਿੱਟਾ ਬੰਦ ਕੀਤਾ ਜਾਵੇ। ਮੇਰਾ ਵਾਅਦਾ ਹੈ ਕਿ ਪਾਰਲੀਮੈਂਟ 'ਚ ਜਾ ਕੇ ਪਹਿਲੀ ਮੰਗ ਇਹ ਹੋਵੇਗੀ ਕਿ ਖਾਲੜਾ ਪਾਕਿਸਤਾਨ ਵਾਲਾ ਬਾਰਡਰ ਜਿਹੜਾ ਉਹ ਖੁੱਲ੍ਹੇ, ਔਰ ਵਪਾਰ ਵਧੇ ਅਤੇ ਸਾਡਾ ਦੇਸ਼ ਵਧੇ ਅਤੇ ਪੰਜਾਬ। ਸਾਹਿਬ ਤੁਸੀਂ ਵੈਸੇ, ਕਿਉਂਕਿ ਇਸ ਹਲਕੇ ਤੋਂ ਯੂਥ ਕਾਂਗਰਸ ਦੀ ਵੀ ਚੋਣ ਲੜੀ, ਤੁਹਾਡੇ ਫਾਦਰ ਸਾਹਿਬ ਵਿਧਾਇਕ, ਇਸ ਹਲਕੇ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਪੰਜਾਬ ਨੂੰ ਤੁਸੀਂ ਕਿਹਾ ਭੰਡਿਆ ਗਿਆ ਜਦੋਂ ਆਮ ਆਦਮੀ ਪਾਰਟੀ ਨੇ ਵੀ ਪੰਜਾਬ 'ਚ ਪ੍ਰਚਾਰ ਕੀਤਾ, ਨਸ਼ਿਆਂ ਦਾ ਹੀ ਮੁੱਦਾ ਰਿਹਾ। ਤੁਸੀਂ ਹੁਣ ਪਿੰਡਾਂ 'ਚ ਜਾ ਰਹੇ ਹੋ, ਜ਼ਮੀਨੀ ਹਕੀਕਤ ਕੀ ਹੈ, ਤੁਸੀਂ ਜਿਹੜੇ ਇਸ ਦਰਸ਼ਕਾਂ ਨਾਲ ਸਾਂਝੀ ਕਰੋ? ਗੱਲ ਇਹ ਆ ਕਿ ਮੈਂ ਜਿੱਥੇ ਵੀ ਜਾ ਰਿਹਾ, ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਹੀ ਸ਼ੁਕਰਾਨਾ ਕਰਦਾ, ਕਿਉਂਕਿ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਤਾਂ ਕਰਦਾ ਕਿ 13 ਟਿਕਟਾਂ ਜਿਹੜੀਆਂ ਕਾਂਗਰਸ ਪਾਰਟੀ ਨੇ ਅਨਾਊਂਸ ਕੀਤੀਆਂ ਨੇ, ਔਰ 13 ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਸੀਟ ਆ ਜਿਹੜੀ ਗੁਰੂਆਂ ਦੀ ਧਰਤੀ 'ਤੇ, ਸ਼੍ਰੀ ਖਡੂਰ ਸਾਹਿਬ ਜਿੱਥੇ ਅਸੀਂ ਅੱਜ ਸ਼੍ਰੀ ਤਰਨ ਤਾਰਨ ਸਾਹਿਬ 'ਚ ਖੜ੍ਹੇ ਹਾਂ, ਜਿੱਥੇ ਕੋਈ ਬਾਗੀ ਸੁਰ ਨਹੀਂ। ਬਾਕੀ ਤਾਂ ਤੁਸੀਂ ਦੇਖਦੇ ਹੋ ਕਿਤੇ ਨਾ ਕਿਤੇ ਕੋਈ ਨਾ ਕੋਈ ਬਾਗੀ ਸੁਰ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ। ਇਸ ਕਰਕੇ ਮੈਂ ਜਿੱਥੇ ਵੀ ਜਾਂਦਾ ਭਾਰੀ ਉਤਸ਼ਾਹ ਮਿਲਦਾ, ਔਰ ਲੋਕਾਂ 'ਚ ਜੋ ਪਿਆਰ ਮਾਣ ਅਤੇ ਸਤਿਕਾਰ ਮਿਲ ਰਿਹਾ ਉਹ ਸਦਾ ਮੈਂ ਆਉਂਦਾ ਰਹਿਣੀ ਰਹਾਂ। ਨਸ਼ਿਆਂ ਦੇ ਮਾਮਲੇ 'ਤੇ ਕੀ ਰਿਪੋਰਟ? ਨਸ਼ਿਆਂ ਦੇ ਮਾਮਲੇ 'ਤੇ ਇਹ ਰਿਪੋਰਟ ਆ ਕਿ ਅੱਜ ਪੰਜਾਬ ਦੇ ਲੋਕ ਜਿਹੜੇ ਆ ਉਹ ਨਸ਼ਾ ਨਹੀਂ ਕਰਦੇ, ਪਰ ਉਹਨਾਂ ਨੂੰ ਬਦਨਾਮ ਜ਼ਿਆਦਾ ਕੀਤਾ ਜਾ ਰਿਹਾ। ਇਸ ਕਰਕੇ ਜਿਹੜੇ ਬਦਨਾਮੀ ਦਾ ਜਿਹੜਾ ਟਿੱਕਾ ਉਹ ਤਾਂ ਹੀ ਲੈ ਸਕਦਾ ਕਿ ਜੇ ਲੀਡਰਾਂ ਦਾ ਡੋਪ ਟੈਸਟ ਹੋਵੇ। ਜੇ ਲੀਡਰ ਦਾਰੂ ਪੀ ਕੇ ਵਿਧਾਨ ਸਭਾ ਅਤੇ ਪਾਰਲੀਮੈਂਟ 'ਚ ਬਹਿ ਸਕਦੇ ਆ, ਜੇ ਲੀਡਰ ਫੀਮ ਖਾ ਕੇ ਉੱਥੇ ਬਹਿ ਸਕਦੇ ਆ, ਤਾਂ ਫਿਰ ਦੱਸੋ ਬਚਾਊਗਾ ਪੰਜਾਬ ਨੂੰ ਅਤੇ ਦੇਸ਼ ਨੂੰ ਕੌਣ? ਇਸ ਕਰਕੇ ਪਹਿਲਾਂ ਇਹਨਾਂ ਨੂੰ ਸੁਧਾਰਨਾ ਪਊਗਾ,
ਫਿਰ ਜਿਹੜਾ ਕਿ ਫਿਰ ਦੇਸ਼ ਅਤੇ ਪੰਜਾਬ ਸੁਧਰੇ। ਵੀਰਾ ਸਾਹਿਬ, ਸਿਆਸੀ ਆਗੂ ਕਿਉਂਕਿ ਤੁਸੀਂ ਅੱਗੇ ਵੀ ਜਾਣਾ, ਮੈਂ ਛੋਟੇ ਛੋਟੇ ਦੋ ਦਿਨ ਮੁਕਾਬਲਾ ਕਾਂਗਰਸ ਦਾ ਜੀਰੇ ਦੇ, ਕਿਉਂਕਿ ਮੈਂਬਰ ਪਾਰਲੀਮੈਂਟ ਪਿਛਲੀ ਵਾਰੀ ਕਾਂਗਰਸ ਦੇ ਸੀ, ਇਸ ਵਾਰ ਵੀ ਜੀਰਾ ਸਾਹਿਬ ਦੇ ਨਾਲ ਸਾਰੇ ਇੱਕਜੁੱਟਤਾ ਨਾਲ ਚੱਲੇ ਨੇ, ਆਜ਼ਾਦ ਉਮੀਦਵਾਰ ਵੀ ਤੁਹਾਡੇ, ਆਜ਼ਾਦ MLA ਵੀ ਤੁਹਾਡੇ ਹੱਕ 'ਚ ਨੇ, ਕਿਹੜਾ ਮੁਕਾਬਲਾ ਕੁਲਵੀਰ ਸਿੰਘ ਜੀਰਾ ਦਾ? ਗੱਲ ਇਹ ਆ ਕਿ ਅਜੇ ਤੱਕ ਮੈਨੂੰ ਕੋਈ ਫੀਲਡ ਦੇ ਵਿੱਚ ਕੋਈ ਦੱਸਿਆ ਨਹੀਂ, ਕਿਉਂਕਿ ਮੇਰੇ ਟੋਟਲੀ ਹਲਕਿਆਂ ਦੇ ਵਿੱਚ ਪ੍ਰੋਗਰਾਮ ਹੋ ਚੁੱਕੇ ਨੇ ਜੀ, ਔਰ ਮੇਰੇ ਹਿਸਾਬ ਨਾਲ ਕੋਈ ਦੇਖਣ ਨੂੰ ਮੈਨੂੰ ਕੋਈ ਅਜੇ ਤੱਕ ਇਹੋ ਜਿਹੀ ਕੋਈ ਪਾਰਟੀ ਅੱਗੇ ਆਉਂਦੀ ਨਹੀਂ ਦੇਖੀ। ਹਾਂ, ਵਿਰਸਾ ਸਿੰਘ ਬਲਟੋਵਾ ਜੀ ਮੈਨੂੰ ਫੇਸਬੁੱਕ 'ਤੇ ਜ਼ਰੂਰ ਦਿਸਦੇ ਆ, ਉਹ ਮੈਨੂੰ ਲੱਗਦਾ ਕਿ ਉਹ ਘਰੇ ਇਲੈਕਸ਼ਨ ਲੜੀ ਜਾਂਦੇ ਬਿਆਨ ਸੁਣਦੇ ਜੇ ਤੁਸੀਂ ਜਿਹੜੇ ਕਰਦੇ ਨੇ, ਉਹ ਜਿਹੜੇ ਉਹਨਾਂ ਦੇ ਬਿਆਨ, ਉਹਨਾਂ ਦੇ ਬਿਆਨਾਂ ਦਾ ਜਵਾਬ ਤਾਂ ਮੇਰਾ ਬਾਪੂ ਹੀ ਦਿੰਦਾ ਹੁੰਦਾ ਸੀ, ਅਤੇ ਫਿਰ ਵਿਰਸਾ ਸਿੰਘ ਬਲਟੋਵਾ ਉੱਠ ਕੇ ਚਲੇ ਜਾਂਦੇ ਸੀ, ਅਤੇ ਵੱਡੇ ਆ ਗੁਰੂ ਦੇ ਸਿੰਘ ਆ ਸ਼੍ਰੀ ਸਾਹਿਬ ਉਹਨਾਂ ਨੇ ਪਾਇਆ, ਮੈਂ ਇਸ ਕਰਕੇ ਉਹਨਾਂ ਬਾਰੇ ਕੋਈ ਸ਼ਬਦਾਵਲੀ ਬੋਲਣਾ ਹੀ ਨਹੀਂ ਚਾਹੁੰਦਾ, ਕਿਉਂਕਿ ਉਹ ਸ਼੍ਰੀ ਸਾਹਿਬ ਪਾ ਕੇ ਵੀ ਮਾੜੀ ਸ਼ਬਦਾਵਲੀ ਜਿਹੜੀ ਆ ਬੋਲ ਰਹੇ ਨੇ। ਤੁਸੀਂ ਨਹੀਂ ਬੋਲਦੇ? ਮੈਂ ਬਿਲਕੁਲ ਨਹੀਂ ਬੋਲਦਾ, ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਬਾਣੇ ਦਾ ਸਤਿਕਾਰ ਕਰਨਾ ਚਾਹੀਦਾ, ਇੱਕ ਬੰਨੇ ਤਾਂ ਅਸੀਂ ਪੰਥਕ ਹਲਕੇ ਤੋਂ ਇਲੈਕਸ਼ਨ ਲੜ ਰਹੇ ਹਾਂ, ਮਰਿਆਦਾ 'ਚ ਲੈ ਕੇ, ਬਿਲਕੁਲ ਮਰਿਆਦਾ 'ਚ ਰਹਿ ਕੇ ਇਲੈਕਸ਼ਨ ਲੜ ਰਹੇ ਹਾਂ। ਲਾਲਜੀਤ ਭੁੱਲਰ ਸਿੰਘ ਹੋਣਾ ਬਾਰੇ ਕਿ ਉਹ ਕੈਬਨਿਟ ਮਿਨਿਸਟਰ ਨੇ, ਉਹ ਕਹਿੰਦੇ ਨੇ ਵੱਡੇ ਆਗੂ ਨੇ, ਕੱਲ੍ਹ ਵੀ ਉਹ ਕਹਿ ਰਹੇ ਸੀਗੇ ਕਿ ਮੇਰੇ ਮੁਕਾਬਲੇ ਕੋਈ ਵੀ ਉਮੀਦਵਾਰ ਨਹੀਂ ਹੈਗਾ ਜੀ। ਉਹਦੇ ਮੁਕਾਬਲੇ ਵਾਕਈ ਕੋਈ ਨਹੀਂ ਹੈਗਾ ਬਈ, ਉਹਨੂੰ ਬੋਲਣ ਦਾ ਹੀ ਨਹੀਂ ਪਤਾ ਗਾ, ਉਹ ਤਾਂ ਸਵਰਨਕਾਰ ਭਰਾਵਾਂ ਨੂੰ ਪੁੱਛ ਲਓ ਅਤੇ ਭਾਈ ਲਾਲੋ ਦੇ ਵਾਰਸਾਂ ਨੂੰ ਪੁੱਛ ਲਓ, ਵਾਕਈ ਉਹਦੇ ਮੁਕਾਬਲੇ ਦਾ ਬੰਦਾ ਕਿਹੜਾ ਹੈਗਾ, ਅਤੇ ਨਾ ਹੀ ਬਰਾਬਰ ਦੇ ਮੁਕਾਬਲੇ ਦਾ ਕਿਸੇ ਨੂੰ ਬਣਾਵੇ। ਵੀਰਾ ਸਾਹਿਬ, ਤੁਸੀਂ ਜਿਹੜੇ ਪਿਛਲੇ ਤੁਸੀਂ ਕਾਂਗਰਸ ਦੇ ਵਿਧਾਇਕ ਸੀ, ਆਪਣੇ ਪਾਰਟੀ ਦੇ ਭਾਵੇਂ ਤੁਹਾਡੀ ਕੋਈ ਸਮਾਗਮ ਹੁੰਦਾ ਸੀ ਤੁਸੀਂ ਇਤਰਾਜ਼ ਕਰਦੇ ਸੀ ਜਿਹੜੀ ਗੱਲ ਗਲਤ ਹੁੰਦੀ ਸੀਗੀ, ਹੁਣ ਜਿਸ ਹਲਕੇ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਇੱਥੇ ਕਈ ਗੱਲਾਂ ਫੇਸ ਕਰਨੀਆਂ ਪੈਣੀਆਂ ਜੇ ਤੁਹਾਡੀ ਸਰਕਾਰ ਵੀ ਬਣ ਗਈ, ਪਰ ਕੀ ਜੀਰਾ ਸਾਹਿਬ ਦਾ ਸਟਾਈਲ ਉਹ ਰਹੇਗਾ ਕਿ ਆਪਣੀ ਲੀਡਰਸ਼ਿਪ ਦੇ ਖਿਲਾਫ ਵੀ ਜਿੱਥੇ ਗਲਤ ਹੈ ਉੱਥੇ ਗਲਤ ਉਹਨੂੰ ਕਹੋਗੇ ਜੀ? ਗੱਲ ਇਹ ਆ ਕਿ ਹਮੇਸ਼ਾ ਜਿਸ ਦਿਨ ਜੀਰਾ ਸਾਹਿਬ ਦਾ ਭੋਗ ਸੀਗਾ ਉਦਣ ਜੀਰੇ ਹਲਕੇ ਦੇ ਲੋਕਾਂ ਦੇ ਨਾਲ ਔਰ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਕਿਉਂਕਿ ਪਿਤਾ ਦੇ ਜਾਣ ਤੋਂ ਬਾਅਦ ਜਿਹੜੀ ਪੱਗ ਸਿਰ 'ਤੇ ਰੱਖੀ ਜਾਂਦੀ ਹੈ ਇਹ ਪੱਗ ਜਿਹੜੀ ਅੱਜ ਸਰਦਾਰ ਇੰਦਰਜੀਤ ਸਿੰਘ ਜੀਰਾ ਦੀ ਪੱਗ, ਔਰ ਇਸ ਪੱਗ ਨੂੰ ਕਦੀ ਦਾਗ ਨਹੀਂ ਲੱਗਣ ਦਿਆਂਗਾ, ਕਿਉਂਕਿ ਇਸ ਪੱਗ ਨੂੰ ਜਿਹੜਾ ਕਾਂਗਰਸ ਪਾਰਟੀ ਨੇ ਵੀ ਬੜਾ ਮਾਣ ਬਖਸ਼ਿਆ, ਸ਼੍ਰੀ ਖਡੂਰ ਸਾਹਿਬ ਹਲਕੇ ਦੀ ਵੀ ਅੱਜ ਤੋਂ ਇਹ ਪੱਗ ਆ, ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਚਾਹੇ ਕੋਈ ਹੋਵੇ, ਚਾਹੇ ਸਰਕਾਰ ਮੇਰੀ ਹੋਵੇ ਚਾਹੇ ਕਿਸੇ ਦੀ ਹੋਵੇ, ਜੀਰਾ ਹਮੇਸ਼ਾ ਸੱਚ 'ਤੇ ਪਹਿਰਾ ਦੇਵੇਗਾ, ਔਰ ਚਾਹੇ ਬੰਦੀ ਸਿੰਘਾਂ ਦੀ ਗੱਲ ਹੋਵੇ, ਚਾਹੇ ਗਰੀਬਾਂ ਦੀ ਗੱਲ ਹੋਵੇ, ਚਾਹੇ ਕਿਸਾਨਾਂ ਦੀ ਗੱਲ ਹੋਵੇ, ਚਾਹੇ ਵਪਾਰੀਆਂ ਦੀ ਗੱਲ ਹੋਵੇ। ਜੇ NSA ਉਦੋਂ ਲਾਇਆ ਅਤੇ ਮੈਂ ਉਦੋਂ ਵੀ ਇਹ ਗੱਲ ਕਹੀ, ਮੈਂ ਕਿਹਾ ਜਦੋਂ ਗੋਰੇ ਆਏ ਉਹ ਸਾਡੇ ਬੰਦਿਆਂ ਨੂੰ ਕਾਲੇ ਪਾਣੀ ਭੇਜਦੇ ਹੁੰਦੇ ਸੀਗੇ ਅੰਡੇਮਾਨ ਨਿਕੋਬਾਰ, ਮੈਂ ਕਿਹਾ ਜਦੋਂ ਦੇ ਇਹ ਆਏ ਨੇ ਠੀਕ ਹੈ, ਮੈਂ ਕਿਹਾ ਇਹ ਸਾਡੇ ਬੰਦਿਆਂ ਨੂੰ ਡਿਬਰੂਗੜ੍ਹ ਭੇਜਦੇ ਨੇ। ਇਸ ਕਰਕੇ ਆ ਕਿ ਜੀਰਾ ਹਮੇਸ਼ਾ ਹੱਕ ਅਤੇ ਸੱਚ ਦੀ ਗੱਲ ਕਰਦਾ ਰਹੇ। ਜਿਹੜਾ ਪਰਚੇ ਕਿੰਨੇ ਦੱਸਿਆ ਅੱਜ ਆਪਣੇ, ਇਹ ਵੀ ਦੱਸਣਾ ਪੈਂਦਾ ਐਫੀਡੈਵਿਟ 'ਚ, ਵਰਕਰਾਂ ਖਰ ਪੱਤਰੇ ਵੀ ਕਾਫੀ ਕਰਵਾਏ ਨੇ, ਕਿੰਨੇ ਪਰਚੇ ਦੱਸੇ ਆ? ਗੱਲ ਇਹ ਕਿ ਜੀਰੇ 'ਤੇ ਜਿੰਨੇ ਵੀ ਪਰਚੇ ਨੇ ਲੋਕਾਂ ਦੀ ਖਾਤਰ ਪਰਚੇ ਨੇ ਜੀ ਜੀ, ਆ ਪਿੱਛੇ ਜਿਹੜਾ ਹੈ ਕਿ ਸਰਪੰਚਾਂ ਨੇ ਕੰਮ ਬੰਦ ਕੀਤੇ ਸੀ ਔਰ ਜਿਹੜਾ ਨਰੇਸ਼ ਕਟਾਰੀਆ ਜੀ ਸੀ ਉਹ ਇੱਕ ਜਾਲੀ ਸਰਟੀਫਿਕੇਟ ਵੰਡ ਰਿਹਾ ਸੀ MLA, ਉਹ ਸਰਟੀਫਿਕੇਟ ਫੜ ਕੇ ਮੈਂ ਕਿਹਾ ਜਾਂ ਪਰਚਾ ਇਹਦੇ 'ਤੇ ਦੇ ਦਿਓ ਜਾਂ ਮੇਰੇ 'ਤੇ ਦੇ ਦਿਓ। ਉਹ ਜਿਵੇਂ ਤੁਹਾਡੇ ਤਰਨ ਤਾਰਨ ਸਾਹਿਬ 'ਚ ਹੋਇਆ, SSP ਬਦਲਤਾ, ਮੰਤਰੀ ਨੂੰ ਲਾਲ MLA ਨੂੰ ਨਹੀਂ ਕੁਛ ਕਿਹਾ, ਇਸੇ ਤਰ੍ਹਾਂ ਜੀਰੇ ਵੀ ਇਹ ਕੁਛ ਹੋਇਆ ਕਿ ਜਿਹੜਾ ਪਰਚਾ ਸੀ ਉਹ ਮੇਰੇ ਦੇ ਅਤੇ ਸਰਪੰਚਾਂ ਦੇ ਦਿੱਤਾ, ਔਰ ਮੈਨੂੰ ਉਹ ਸੰਗਰਾਂਦ ਨਹੀਂ ਭੁੱਲਣੀ, ਔਰ ਮੈਂ ਉਹ ਬਾਬਾ ਬੁੱਢਾ ਸਾਹਿਬ ਦਾ ਇੰਨਾ ਆਸ਼ੀਰਵਾਦ ਆ, ਕਿਉਂਕਿ ਜਦੋਂ ਕਿਸੇ ਗੁਰੂ ਨਾਲ ਤੁਸੀਂ ਜੁੜੇ ਹੁੰਦੇ ਹੋ ਨਾ ਅਤੇ ਉਹ ਗੁਰੂ ਨੂੰ ਵੀ ਪਤਾ ਹੁੰਦਾ ਕਿ ਜੇ ਇਹਨੂੰ ਰੋਕਿਆ ਗਿਆ ਤਾਂ ਮੇਰੀ ਹਾਜ਼ਰੀ ਤਾਂ ਲੱਗ ਗਈ। ਪਰ ਇਹ ਆ ਕਿ ਮੈਂ ਭਗਵੰਤ ਮਾਨ ਜੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਮੈਂ ਅਖਬਾਰ 'ਚ ਇਹ ਗੱਲ ਕਹਿਤੀ ਸੀ ਕਿ ਮੈਂ ਸੰਗਰਾਂਦ ਤੋਂ ਮੱਥਾ ਟੇਕ ਕੇ ਉਸ ਤੋਂ ਬਾਅਦ ਗ੍ਰਿਫਤਾਰੀ ਦਿਆਂਗਾ, ਫਿਰ ਐਡਾ ਮੈਂ ਕਿੱਡਾ ਕੋਈ ਜੱਫਰਾਲ ਸੀ ਬਈ, ਮੈਨੂੰ ਸਵੇਰੇ ਤੜਕੇ 4 ਵਜੇ 50 ਗੱਡੀਆਂ ਪੁਲਿਸ ਦੀਆਂ ਲੈ ਕੇ ਘੇਰਾ ਪਾ ਕੇ ਤੁਸੀਂ ਮੈਨੂੰ ਚੁੱਕ ਲਿਆ। ਉਸ ਤੋਂ ਬਾਅਦ ਦੇ ਵਿੱਚ ਜੇ ਮੇਰੀ ਜ਼ਮਾਨਤ ਹੋਈ ਅਤੇ ਜ਼ਮਾਨਤ ਹੋਣ ਤੋਂ ਬਾਅਦ ਮੇਰੇ 'ਤੇ ਫਿਰ 157 ਦਾ ਪਰਚਾ ਦਿੱਤਾ, ਮੈਂ ਕਿਹਾ ਜਿੰਨੇ ਮਰਜ਼ੀ ਪਰਚੇ ਦਿੱਤੀ ਜਾਓ ਜੀਰਾ ਲੋਕਾਂ ਦੀ ਲੜਾਈ ਜਿਹੜਾ ਉਹ ਲੜਦਾ ਹੀ ਰਹੇ। ਜੀਰਾ ਸਾਹਿਬ ਦੇ ਜਦੋਂ ਦੋਸ਼ ਲਾਇਆ ਕਿ ਪਰਚੇ ਤਾਂ ਹੀ ਦਿੱਤੇ ਜਾਂਦੇ ਕਿ ਜੀਰਾ ਸਾਹਿਬ ਤਿੱਖਾ ਬੜਾ ਬੋਲਦੇ ਨੇ,
ਕਮਾਲ ਦੀ ਗੱਲ, ਜੀਰੇ ਬਿਨਾਂ ਤਾਂ ਤੜਕਾ ਹੀ ਨਹੀਂ ਲੱਗਦਾ, ਜੇ ਤੜਕਾ ਲੱਗਦਾ ਤਾਂ ਦੱਸ ਦਿਓ। ਮੈਂ ਨਾ ਇਹ ਗੱਲ, ਮੇਰੀ ਗੱਲ ਸੁਣੋ, ਜੀਰਾ ਤਿੱਖਾ ਤਾਂ ਬੋਲਦਾ ਜੀਰਾ ਸੱਚਾ ਹੈ, ਜੇ ਜੀਰਾ ਵੀ ਇਹਨਾਂ ਤਰ੍ਹਾਂ ਕਾਣਾ ਹੋਵੇ, ਠੀਕ ਹੈ, ਕਿਸੇ ਤੋਂ ਕੋਈ ਚਾਰ ਛਿੱਲੜ ਲਏ ਹੋਣ, ਕਿਤੇ ਕੋਈ ਠੱਗੀ ਮਾਰੀ ਹੋਵੇ, ਤੇ ਫਿਰ ਜੀਰਾ ਬਿਨਾਂ ਬੋਲੇ ਜੀਰਾ ਵੀ ਚੁੱਪ ਰਵੇ ਬਈ। ਇਸ ਜੀਰਾ ਸਾਹਿਬ ਇੱਕ, ਚਲੋ ਆਖਰੀ ਸਵਾਲ, ਮਿਲਣ ਵਾਲੇ ਲੋਕ ਖੜੇ ਨੇ, ਅੰਮ੍ਰਿਤਪਾਲ ਹੁਣੀ ਵੀ ਚੋਣ ਲੜ ਰਹੇ ਨੇ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੀ ਨੇ, ਕੀ ਕਹਿਣਾ ਚਾਹੁੰਦੇ? ਜੇ ਪਿਛਲੀ ਵਾਰੀ ਵੀ ਕਿਹਾ ਜਾਂਦਾ ਕਿ ਕਾਂਗਰਸ ਦੇ ਉਮੀਦਵਾਰ ਇਸ ਕਰਕੇ ਜਿੱਤੇ ਸੀ, ਇਸ ਕਰਕੇ ਕੀ ਅੰਮ੍ਰਿਤਪਾਲ ਹੁਣੀ ਲੜਨ ਦੇ ਨਾਲ ਤੁਹਾਡੀ ਕੰਪੇਨ ਨੂੰ ਕੋਈ ਨੁਕਸਾਨ ਹੋਇਆ ਜਾਂ ਫਾਇਦਾ? ਗੱਲ ਇਹ ਜੀ, ਅੱਜ ਤਾਂ ਕਾਗਜ਼ ਮੈਂ ਹੀ ਨਾਮਜ਼ਦ ਕੀਤੇ ਨੇ, ਔਰ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਅੱਜ ਭਾਈ ਸਾਹਿਬ ਨੇ ਕਾਗਜ਼ ਨਹੀਂ ਨਾਮਜ਼ਦ ਕੀਤੇ, ਪਤਾ ਨਹੀਂ ਕਦੋਂ ਕਰ ਰਹੇ ਨੇ, ਪਰ ਮੈਂ ਬਾਣੇ ਦਾ ਸਤਿਕਾਰ ਕਰਦਾ, ਔਰ ਮੈਂ ਗੱਲ ਕਹਿੰਦਾ ਕਿ ਪਤਾ ਨਹੀਂ ਕਿੰਨੇ ਕੋਈ ਮੇਰੇ ਨਾਲ, ਅੱਜ ਵੀ ਦੋ ਤਿੰਨ ਆਜ਼ਾਦ ਉਮੀਦਵਾਰ ਸੀ ਜਿਨ੍ਹਾਂ ਨੇ ਕਾਗਜ਼ ਜਿਹੜੇ ਭਰੇ ਉੱਥੇ ਅੰਦਰ, ਮੇਰੇ ਤੋਂ ਪਹਿਲਾਂ ਭਰ ਕੇ ਗਏ, ਔਰ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਾਗਜ਼ ਭਰਨਾ, ਇਲੈਕਸ਼ਨ ਲੜਨਾ ਹਰ ਇੱਕ ਦਾ ਹੱਕ ਆ, ਇਹ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ ਕਿ ਅਸੀਂ ਕਿਹਨੂੰ ਵੋਟ ਪਾਉਣੀ ਹੈ, ਵੋਟ ਲੋਕਾਂ ਨੇ ਪਾਉਣੀ ਹੈ, ਇਲੈਕਸ਼ਨ ਅਸੀਂ ਲੜਨਾ, ਔਰ ਲੋਕਾਂ ਨੇ ਫੈਸਲਾ ਕਰਨਾ ਕਿ ਕਿਹੜੀ ਪਾਰਟੀ ਅਤੇ ਕਿਹੜਾ ਬੰਦਾ ਜਿਹੜਾ ਸਾਡੀ ਗੱਲ ਕਰ ਸਕਦਾ, ਸਾਡੀ ਜਿਹੜੀ ਲੜਾਈ ਲੜ ਸਕਦਾ, ਸਾਡੇ ਨਾਲ ਜਿਹੜਾ ਮਾੜੇ ਸਮੇਂ 'ਚ ਖੜਾ ਸਿੰਘ ਜੀਰਾ ਸ਼ਿਓਰਟੀ ਦਵਾਉਂਦੇ ਕਿਉਂ ਇਹ ਗੱਲ ਕਰਨਗੇ? ਮੈਂ ਤਾਂ ਬਿਲਕੁਲ ਇਸ ਗੱਲ ਦੀ ਸ਼ਿਓਰਟੀ ਵੀ ਦਵਾਉਣਾ, ਔਰ ਮੈਂ ਅੱਜ ਤਾਂ ਹੀ ਕਿਹਾ ਕਿ ਅੱਜ ਮੈਂ ਉਹ ਗੁਰੂਆਂ ਦੀ ਧਰਤੀ 'ਤੇ ਖੜ ਕੇ ਗੱਲ ਕਹੀਏ ਕਿ ਇਹ ਜਿਹੜੀ ਪੱਗ ਆ, ਇਹ ਹੁਣ ਜੀਰੇ ਵਾਲਿਆਂ ਦੀ ਪੱਗ ਨਹੀਂ, ਇਹ ਪੱਗ ਸ਼੍ਰੀ ਖਡੂਰ ਸਾਹਿਬ ਵਾਲੀ। ਕਿਸਾਨਾਂ ਦਾ ਮਸਲਾ ਅਜੇ ਤੱਕ ਨਹੀਂ ਹੱਲ ਹੋਇਆ ਜੀਰਾ ਸਾਹਿਬ, ਬੜੀ ਵੱਡੀ ਰਿਸਪੋਂਸਿਬਿਲਟੀ। ਇਕੱਲਾ 117 MLA 'ਚ ਸੀਗਾ, 17 MLA 'ਚ ਜੀਰਾ ਜਿਹੜਾ 10 ਮਹੀਨੇ ਜਿਹੜਾ ਉੱਥੇ ਜੰਤਰ ਮੰਤਰ 'ਤੇ ਬੈਠਾ ਰਿਹਾ, ਇਸ ਕਰਕੇ ਮੈਂ ਆਪਦੀ ਜ਼ਿੰਮੇਵਾਰੀ ਸਮਝਦਾ, ਮੈਂ ਕਿਸੇ ਦੀ ਗਰੰਟੀ ਨਹੀਂ ਲੈਂਦਾ। ਥੈਂਕ ਯੂ ਜੀ। ਤਾਂ ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ ਔਰ ਵੱਡੇ ਜਿਹੜੇ ਲੋਕ ਸਭਾ ਹਲਕੇ ਤੋਂ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ, ਤਾਂ ਕੁਲਬੀਰ ਸਿੰਘ ਜੀਰਾ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਉੱਤੇ ਜਿਹੜੀ ਇਹ ਜ਼ਿੰਮੇਵਾਰੀ ਮਿਲੀ ਹੈ, ਭਾਵੇਂ ਨਸ਼ਿਆਂ ਦਾ ਮਾਮਲਾ ਹੋਵੇ, ਭਾਵੇਂ ਕਿਸਾਨਾਂ ਦੇ ਮੁੱਦੇ 'ਤੇ ਗੱਲ ਹੋਵੇ, ਇਸ ਨੂੰ ਲੋਕ ਸਭਾ ਦੇ ਵਿੱਚ ਗਰਮ ਜੋਸ਼ੀ ਦੇ ਨਾਲ ਉਠਾਉਣਗੇ, ਔਰ ਜਿੰਨਾ ਚਿਰ ਤੱਕ ਇਹ ਮਸਲੇ ਉਹਨਾਂ ਦੇ ਹੱਲ ਨਹੀਂ ਹੁੰਦੇ, ਉਹ ਜਿਹੜੇ ਨੇ ਚੈਨ ਨਾਲ ਨਹੀਂ ਬੈਠਣਗੇ। ਤਾਂ ਅੱਜ ਕਾਗਜ਼ ਦਾਖਲ ਕੀਤੇ ਨੇ ਕੁਲਬੀਰ ਸਿੰਘ ਜੀਰਾ ਨੇ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬੋਲਣ ਦੇ ਕਰਕੇ ਹੀ ਉਹਨਾਂ ਨੂੰ ਸਜ਼ਾ ਮਿਲਦੀ ਹੈ, ਜਿਹੜੇ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਨੇ, ਪਰ ਕੁਲਬੀਰ ਸਿੰਘ ਜੀਰਾ ਕਿਸੇ ਦੀ ਪਰਵਾਹ ਕੀਤੇ ਬਗੈਰ ਲੋਕਾਂ ਦੀ ਗੱਲ ਇਸ ਤਰ੍ਹਾਂ ਹਟਾਉਂਦੇ ਰਹਿਣਗੇ। ਤਾਂ ਰਾਣਾ ਗੁਰਜੀਤ ਸਮੇਤ ਸਾਰੀ ਲੀਡਰਸ਼ਿਪ ਅੱਜ ਪਹੁੰਚੀ ਸੀ ਅਤੇ ਹੁਣ ਲਗਾਤਾਰ ਅਗਲੇ ਜਿਹੜੇ 20 ਦਿਨ ਨੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਜਾਣਗੇ ਅਤੇ ਆਪਣਾ ਚੋਣ ਪ੍ਰਚਾਰ ਕੁਲਬੀਰ ਸਿੰਘ ਜੀਰਾ ਕਰਦੇ ਰਹਿਣਗੇ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।